ਵਾਲਾ ਵਾਕਈ ਐ ਲਾ ਟਰੱਕ ਸਟਾਰਟ ਹੋ ਗਿਆ ਹਨਾ। ਬੜੇ ਬੰਦੇ ਵੀ ਕਮੈਂਟ ਵੀ ਕਰ ਦਿੰਦੇ ਆ ਲੈ ਤੁਸੀਂ ਕਿਹੜਾ ਮੈਨ ਲਿਆ ਵੀ 80 ਕਰਤਾ ਨਾ, ਮੈਂ ਤਾਂ ਗੱਲ ਕਰਦਾ ਥੋੜਾ ਨਾ। ਬਾਕੀ ਇੱਕ ਚੀਜ਼ ਹੋਰ ਹੈ, ਕਿਸੇ ਕੋਲੇ ਮਿਹਨਤੀ ਹੈ ਵੀ ਨਹੀਂ, ਆਪਾਂ 80 ਹਸਪਾਵਰ ਕਢਾਈ ਜਾਂਦੇ ਆ, ਸਾਡੇ ਕੋਲ ਹੈਗੀ ਆ। ਹਾਂ ਵੀ ਕੀ ਮਿਹਨਤੀ ਇਹਦੀ ਵੀ 80 ਆਪਾਂ ਜ਼ੋਰ ਮਰਾ ਕੇ ਕਹਿ ਸਕਦੇ ਹਾਂ ਸਾਡਾ ਮਾਡਲ ਟਰੈਕਟਰ ਦੱਸਿਆ ਇਹਨਾਂ ਨੇ। ਹਾਂ ਤੇ 4x4 ਆ ਇਹ ਤੇ ਉਂ ਜੇ ਮਿਲ ਵੀ ਭਾਅ ਦੇ ਵਿੱਚ ਜਾਂਦਾ ਹਨਾ। ਹੋਰ ਰਿਪੇਅਰ-ਪੂਰ ਪਈ ਇਹਨੂੰ ਕੋਈ? ਇਹਨੂੰ ਹੋਰ ਤਾਂ ਕੁਝ ਨਹੀਂ ਪਈ ਵੈਸੇ। ਅੱਛਾ, ਇਹਨਾਂ ਨੂੰ ਥੋੜਾ ਚਿਰ ਲੈ ਮਿੱਤਰ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ। ਪਿੱਛੇ ਤੁਸੀਂ ਟਰੈਕਟਰ ਦੇਖ ਰਹੇ ਆ 18 ਦੇ ਟਾਇਰਾਂ ਦੇ ਵਿੱਚ, ਜਿਹੜਾ ਝੋਟਾ ਅਸਲ ਦੇ ਵਿੱਚ ਤਿਆਰ ਹੋ ਰਿਹਾ। ਇਹ ਮਾਨ ਟਰੈਕਟਰ ਵਰਕ ਸਪੋਰਟ ਭਾਈ ਦੇ ਵਿੱਚ ਤਿਆਰ ਹੋਇਆ। ਆਪਾਂ ਪਹਿਲਾਂ ਹੀ ਵੀਡੀਓ ਪਾਉਣੇ ਹੁੰਦੇ ਆ, ਜਿਹੜੇ ਨਵੇਂ ਵੀਰ ਆਏ ਹੋਣੇ ਆ ਉਹਨਾਂ ਨੂੰ ਦੱਸ ਦਈਏ ਪਹਿਲਾਂ ਵੀ ਇਹ ਵਰਕਸ਼ਾਪ ਤੋਂ ਵੀਡੀਓ ਪਾਉਣੇ ਆ, ਤੇ ਇਹਦਾ ਜਿੰਨਾ ਵੀ ਕੰਮ ਚੱਲਿਆ ਉਹ ਇਦੋਂ ਪਹਿਲਾਂ ਸਾਰਾ ਤੁਹਾਨੂੰ ਦਿਖਾਇਆ ਆਪਾਂ, ਤੇ ਹੁਣ ਇਹਦਾ ਕੀ ਕੰਮ ਰਹਿੰਦਾ ਤੇ ਕਿੱਥੋਂ ਕੁ ਤੱਕ ਪਹੁੰਚ ਗਿਆ ਸਾਰੀ ਜਾਣਕਾਰੀ ਆਪਾਂ ਬਾਈ ਗੁਰਮੀਤ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਆ ਤੁਹਾਡਾ ਜੀ ਆਪਣੇ ਚੈਨਲ 'ਤੇ। ਅਤੇ ਬਾਈ ਇਹਦੀ ਵੀ ਜਾਣਕਾਰੀ ਦੇਵਾਂਗੇ ਆਪਾਂ, ਅਤੇ ਪਹਿਲਾਂ ਆਪਾਂ ਹੋਰ ਟਰੈਕਟਰ ਵੀ ਦਿਖਾ ਦਈਏ ਯਾਰ, ਕਿਹੜੇ ਕਿਹੜੇ ਹੁਣ ਜਗਾੜ ਚੱਲੀ ਜਾਂਦੇ ਆ। ਅਤੇ ਪਹਿਲਾਂ ਮਿੱਤਰਾਂ ਨੂੰ ਦੱਸ ਦਈਏ ਬਈ ਹਰੇਕ ਟਰੈਕਟਰ ਦਾ ਕੋਈ ਵੀ ਇੰਜਨ ਬਦਲਣਾ ਹੋਵੇ, ਕੁਛ ਬਦਲਣਾ ਹੋਵੇ, ਬਾਈ ਬਦਲ ਦਿੰਦਾ ਇੰਜਨਾਂ ਦੀ। ਜੇ ਮੇਨ ਗੱਲ ਕਰੀਏ ਤਾਂ ਵੀ ਇੱਧਰ ਸੱਜੇ ਪਾਸੇ ਦੇਖੋ ਤੁਸੀਂ, ਸੋਨਾਲੀਕਾ ਦਾ ਇੰਜਨ ਲਾਇਆ ਪਿਆ, ਇੱਧਰ ਇੰਜਨ ਲਾਏ ਪਏ ਆ। ਇੰਜਨ ਤਕਰੀਬਨ ਇੰਜਨ ਹੀ ਜ਼ਿਆਦਾ ਬਦਲਦਾ ਮੈਨੂੰ ਲੱਗਦਾ ਬਾਈ ਮਹੀਨੇ ਦੇ ਵਿੱਚ ਦੇਖੀਏ ਤਾਂ ਆਪਾਂ। ਅਤੇ ਬਾਈ ਹੁਣ ਦੱਸੀਏ ਆਪਾਂ ਜਾਣਕਾਰੀ ਦਈਏ ਵੀ ਟਰੈਕਟਰ ਕਿਵੇਂ ਖੜ੍ਹੇ ਆ। ਪਹਿਲਾਂ ਤਾਂ ਸਭ ਤੋਂ ਤਕੜੇ ਟਰੈਕਟਰ 'ਤੇ ਆਪਾਂ ਸ਼ੁਰੂ ਕਰੀਏ ਯਾਰ। ਇਹ ਜ਼ੋਰ ਬਾਹਲਾ ਸੀ ਇਹ 'ਚ ਜੀ। ਅੱਛਾ, ਇਹਨੇ ਲਿਫਟ ਵਾਲੀ ਸ਼ਾਫਟ ਮਰੋੜਤੀ। ਅੱਛਾ, ਅਤੇ ਇੱਕ ਲਾਈਕ ਵੀ ਮਰੋੜਤੀ, ਕਾਂ ਮਰੋੜਤੀ ਯਾਰ। ਇਹ ਪੈਪ ਦੀ ਬਣੀ ਹੁੰਦੀ ਹੈ ਨਾ, ਮੈਂ ਤਾਂ ਵੀ ਹੁੰਦੀ ਹੈ, ਮੈਂ ਤਾਂ ਉੱਦਾਂ ਦੀ ਕਿਤੇ ਭਰੀ ਹੁੰਦੀ ਹੈ ਇਹ, ਹੈ ਨਾ। ਇਹ ਟਰਾਲੀ 'ਚ ਕਾ ਕੇ ਕਿਤੇ ਕਟਾਈ ਕਟੂਈ ਕਰ ਬੈਠੇ। ਅੱਛਾ ਅੱਛਾ, ਠੀਕ ਹੈ। ਅਤੇ ਇਹਦੇ ਨਾਲ ਵਾਲਾ ਵੀ ਟਰੈਕਟਰ ਨਾਲ ਸੋਨਾ ਇਹਦਾ ਐਕਸੀਡੈਂਟ ਹੋਇਆ ਸੀ ਬਾਈ, ਇਹ ਟਰੈਕਟਰ ਦਾ ਸਮਾਨ ਸਮੂਨ ਆ ਗਿਆ, ਉਹਨੂੰ ਫਿੱਟ ਕਰੀ ਜਾਂਦੇ ਬਸ। ਅੱਛਾ, ਇਹ ਪਲਟ ਗਿਆ ਸੀ। ਅਰਜਨ ਬਾਈ ਇਹ ਅਰਜਨ ਬਾਈ ਹੁਣ ਆਇਆ, ਇਹਦਾ ਕਲੱਚ ਦਾ ਅਤੇ ਪਿਛਲੇ ਸੀਲਾਂ ਸੂਲਾਂ ਪਾਉਣੀਆਂ ਐਕਸਲਾਂ ਦੀਆਂ। ਠੀਕ ਹੈ, ਇਹ ਪਿੰਡ ਦਾ ਹੀ ਸਾਡਾ ਇੱਥੇ। ਠੀਕ ਹੈ, ਲੋਕਲ ਟਰੈਕਟਰ ਹੀ ਆ, ਲੋਕਲ ਹੀ ਆ। ਅਤੇ ਇਹ 61 ਬਾਈ 61 ਵੀ, ਇਹ ਵੀ ਪਿੰਡ ਦਾ ਹੀ, ਇਹਦਾ ਇੰਜਨ ਦਾ ਕੰਮ ਹੋਇਆ ਜੀ ਸਾਰਾ। ਠੀਕ ਹੈ ਜੀ, ਅਗਲੇ ਹਿੱਸੇ ਦਾ ਤਾਂ ਇੰਜਨ ਦਾ ਹੋਇਆ ਇਕੱਲਾ। ਠੀਕ ਹੈ ਜੀ, ਠੀਕ ਹੈ। ਹਾਂ, ਪੈਂਟ ਬਾਈ ਕਰੇ ਨੇ ਉਹਨੂੰ 7-8 ਸਾਲ ਹੋ ਗਏ ਪਹਿਲਾਂ ਕਰਿਆ ਸੀ। ਅੱਛਾ ਅੱਛਾ, ਅਤੇ ਇਹ ਊਂ ਬਾਈ ਤੇਰੇ ਕੋਲ 61 ਦਾ ਬਹੁਤ ਆਉਂਦਾ ਕੰਮ ਹੈ। 61 ਬਥੇਰੇ ਸੀ, ਹੁਣ ਥੋੜ੍ਹੇ ਘਟੇ ਆ 61, ਪਤਾ ਨਹੀਂ ਕੋਈ ਕਰੇਜ਼ ਹੀ ਘੱਟ ਗਿਆ ਕਿ 61 ਬਥੇਰੇ ਆਉਂਦੇ ਸੀ। ਅੱਛਾ, ਠੀਕ ਹੈ, ਯਾਨੀ 61 ਦਾ ਵੀ ਬਾਈ ਟਰੈਕਟਰ ਪੂਰਾ। ਅਤੇ ਇਹ ਬਾਈ ਆਪਣਾ ਕਿਹੜਾ ਟਰੈਕਟਰ ਆ ਗਿਆ ਜੀ? ਇਹ ਏ ਸੀ ਹੈ 65-65 ਜੀ। ਇਹ ਫੋਰ ਵੀਲਰ ਦੇ, ਇਹਦੀ ਆ ਸ਼ਾਫਟ ਮਿਲੀ ਗਈ ਸੀ ਬਾਈ, ਇਹ 2-3 ਵਾਰੀ ਪਹਿਲਾਂ ਵੀ ਮਿਲਤੀ ਇਹਨੇ। ਇਹ ਫਿਰ ਕੀ ਕਾਰਨ ਹੈ ਬਈ ਐ ਮਲੀ ਦਿਖਾਈ ਬਈ? ਇਹਦੇ ਵੇਖਦੇ ਆ, ਚੱਕਰ ਚੁੱਕਰ ਕਰਦੇ ਆ ਸੈੱਟ ਇਹਦੇ। ਠੀਕ ਹੈ ਜੀ, ਆਹ ਚੀਜ਼ ਮਲਤੀ ਇਹਨੇ, ਇਹ ਪਹਿਲਾਂ ਵੀ ਬਣਾ ਮੁਕੇ ਪਾਈਆਂ ਇਹਨਾਂ ਨੇ। ਤੇ ਕਈ ਕਾਰਨ ਸੀਗੇ, ਇੱਕ ਤਾਂ ਇਹਦੇ ਬੁਸ਼ ਬਸ ਬਹੁਤ ਵੱਡੇ ਸੀ ਹਿੱਸੇ ਦੇ, ਆਊਟ ਵੀ ਚੱਲਦਾ ਸੀਗਾ ਇਹ। ਇਹ ਬਈ ਕੋਈ ਮੰਨ ਲਾ ਕੰਪਨੀ ਨੂੰ ਕਮੀ ਰਹਿ ਗਈ? ਕੰਪਨੀ ਨੂੰ ਹੀ ਹੈ, ਕੰਪਨੀ ਨੂੰ ਓਰਿਜਨਲ ਹੀ ਨਵਾਂ ਟਰੈਕਟਰ ਹੈ।
ਠੀਕ ਹੈ, ਉੱਚਾ ਮਾਡਲ ਹੀ ਲੱਗਦਾ ਹੈ ਨਾ ਦੇਖੀ ਕੇ ਤਾਂ ਪਤਾ ਨਹੀਂ ਬਈ ਮਾਡਲ ਟਰੈਕਟਰ ਦੱਸਿਆ ਇਹਨਾਂ ਨੇ। ਹਾਂ ਤੇ 4x4 ਆ ਇਹ ਤੇ ਉਂ ਜੇ ਮਿਲ ਵੀ ਭਾਅ ਦੇ ਵਿੱਚ ਜਾਂਦਾ ਹਨਾ, ਹੋਰ ਰਿਪੇਅਰ ਪੂਰ ਪਈ ਇਹਨੂੰ ਕੋਈ? ਇਹਨੂੰ ਹੋਰ ਤਾਂ ਕੁਝ ਨਹੀਂ ਪਈ ਵੈਸੇ। ਅੱਛਾ, ਇਹਨਾਂ ਨੂੰ ਥੋੜਾ ਚਿਰ ਹੀ ਹੋਇਆ ਲੈਂਦੇ ਨੂੰ, ਬੜਾ ਟਾਈਮ ਨਹੀਂ ਹੋਇਆ ਹੈਗਾ। ਠੀਕ ਹੈ, ਤੇ ਆਹਾ ਕੰਮ ਜਿਹੜਾ ਹੋ ਜਾਂਦਾ ਇਹ ਆਹ 2 ਵਾਰੀ ਕਰਾਇਆ ਇਹਨਾਂ ਨੂੰ, ਪਹਿਲਾਂ ਏਜੰਸੀ 'ਚ ਵੀ ਕਰਾਇਆ, ਕੰਪਨੀ 'ਚ ਉਹਨਾਂ ਨੇ। ਅੱਛਾ, ਹੁਣ ਤੁਹਾਡੇ ਤੋਂ ਕਰਾਇਆ ਇਹ ਆਇਆ, ਹੁਣ ਇਹ ਤਾਂ ਵੇਖਦੇ ਹਾਂ ਵੀ ਕੀ ਨੁਕਸੇ ਦੇ ਚੱਕਰ ਫਿਰ ਤੋਂ ਇਲਾਜ ਕੱਢਣਾ ਇਹਦਾ ਕੋਈ ਤਕਨੀਕੀ ਕਾਰਨ। ਆਹ ਤਕਨੀਕੀ, ਇੱਕ ਤਾਂ ਇਹਦੇ ਟਾਇਰ ਘਸੇ ਆ ਸਾਨੂੰ, ਉਹਦਾ ਨੁਕਸ ਜ਼ਿਆਦਾ ਲੱਭਿਆ ਇਹਦਾ। ਅੱਛਾ, ਇੱਕ ਇਹਦੀ ਜਿਹਦੇ ਨਾਲ ਸੈਂਟਰ ਪਿੰਨ ਦੇ ਬੁਸ਼ ਹੁੰਦੇ ਆ ਉਹ ਆਊਟ ਸੀ, ਹਿੱਸਾ ਵੀ ਬਹੁਤ ਆਊਟ ਚੱਲਦਾ ਸੀ ਇਹਦਾ, ਉਹਦਾ ਵੀ ਨੁਕਸ ਪੈ ਸਕਦਾ ਇਹਦਾ। ਇਹ ਫਿਰ ਆਊਟ ਕਰਕੇ ਝਰੀਆਂ ਆਊਟ ਜ਼ੋਰ ਪੈਂਦਾ ਸੀ, ਹੁਣ ਪਤਾ ਲੱਗ ਜੇ ਫਿਰ ਇਹਦੀ ਤਕਨੀਕੀ ਦਾ ਤਰੀ ਹਨਾ ਮਕੈਨਿਕੀ ਦਾ। ਹਾਂਜੀ, ਇੱਥੇ ਹੁਣ ਤੂੰ ਦਿਖਾ ਦੀ ਆਪਦਾ ਜ਼ੋਰ। ਤੇ ਆਹ ਫਿਰ ਡੈਵਡ ਆਇਆ ਖੜਾ ਬਈ ਮਿੱਤਰ, ਆਹ ਵੇਖੋ ਯਾਰ, ਡੈਵਡ ਨਹੀਂ ਹਿੰਦੁਸਤਾਨ, ਡੈਵਡ ਹੀ ਕਹਾਂਗੇ ਇਹਨੂੰ ਅਸੀਂ ਨਾ, ਡੈਵਡ ਬੋਲਦੇ ਆ। ਆ ਇਹਦੇ ਯਾਰ ਪਹਿਲਾਂ ਤਾਂ ਇਹਦੇ ਤੋਂ ਹਾਸਾ ਆਉਂਦਾ ਹੁੰਦਾ ਹਨਾ, ਮਤਲਬ ਹਾਸਾ ਕੀ ਹੈ ਵੀ ਆ ਜਿਵੇਂ ਇੰਜਣ ਦੇ ਵੀਲ ਹੁੰਦੇ ਸੀ ਕਿਉਂਕਿ ਇਹਦਾ ਇੰਜਣ ਉਂਜਣ ਵੇਂਦੇ ਰਹੇ ਨਿੱਕੇ ਹੁੰਦੇ, ਉਵੇਂ ਕਾਟਰਾਂ ਜਾਂ ਵੀਲ ਚੜੇ ਹੁੰਦੇ, ਇਹ ਸਿਸਟਮ ਹੁੰਦਾ ਇਹਦੇ ਹਨਾ, ਇਹ ਕਾਟਰਾਂ ਵਾਲਾ ਹੀ ਹੁੰਦਾ ਸਿਸਟਮ ਦਾ। ਇਹ ਬਈ ਐਂ ਕੰਪਨੀ ਨੇ ਕਾਹਦੇ ਵਾਸਤੇ ਦਿੱਤੀਆਂ ਹੋਈਆਂ ਇਹ? ਇਹ ਕੰਪਨੀ ਦੀ ਬਣਤਰੀ ਇਹੋ ਜਿਹੀ ਆ, ਉਹਨਾਂ ਜਿਵੇਂ ਉਹਨਾਂ ਨੇ ਡਿਜ਼ਾਈਨ ਬਣਾਇਆ ਉਵੇਂ ਚੱਲੀ ਜਾਂਦਾ। ਅੱਛਾ, ਉਵੇਂ ਚੱਲੀ ਜਾਂਦਾ ਬਈ। ਉਹ ਇਹਨੂੰ ਅੰਦਰ ਹਿੱਸਾ ਕੋਈ ਕਮਾਈਨਾ ਕੋਈ ਭੀੜਾ ਖੁੱਲਾ ਕਰਨਾ, ਥੋੜਾ ਭੀੜਾ ਵੀ ਹੋ ਜਾਂਦਾ। ਹਾਂ, ਐਡਜਸਟ ਵੀ ਹੋ ਜਾਂਦਾ ਪਿੱਛੇ ਕਰਨੇ ਕਿਵੇਂ ਵੀ ਆ, ਦਿੱਤਾ ਤਾਂ ਮੇਨ ਐਡਜਸਟਮੈਂਟ ਨੂੰ ਹੀ ਆ ਹਨਾ ਕਾਟਰ ਬਣਾ ਕੇ। ਤੇ ਇਹ ਬਈ ਕਿੰਨੇ ਹਾਰਸ ਪਾਵਰ ਹੁੰਦਾ ਕੰਪਨੀ ਨਾਲ? 50 ਹਾਰਸ ਪਾਵਰ ਜੀ। ਅੱਛਾ, 50 ਹਾਰਸ ਪਾਵਰ ਤੇ 50 ਦੇ 61 ਤੇ 80, ਤਿੰਨ ਤਰ੍ਹਾਂ ਦੇ ਹਿੰਦੁਸਤਾਨ ਆਏ। 50, 61 ਤੇ 80। ਅੱਛਾ, ਤਿੰਨ ਹਾਰਸ ਪਾਵਰ ਜਿਹੜੇ ਪਹਿਲਾਂ ਚੱਲਦੇ ਸੀ ਮੰਨ ਲਓ ਇਹ। ਠੀਕ ਹੈ, ਇਹ 61 ਹਾਰਸ ਪਾਵਰ ਵੀ ਆਏ, 61 ਵੀ ਹੋ ਜਾਂਦੇ ਆ। ਠੀਕ ਹੈ, 80 ਵੀ ਆਮ ਹੋ ਜਾਂਦੇ ਆ ਮੰਨ ਲਓ। ਇਹ ਬਈ ਪੱਕੀ ਗੱਲ ਹੀ ਵੀ 80 ਹੋ ਜਾਂਦਾ? ਹੋ ਜਾਂਦਾ ਹੀ ਹੋ ਜਾਂਦਾ। ਇਹ ਬਈ ਜਿਵੇਂ ਆਮ ਬੰਦੇ ਹਰੇਕ 80 ਹੋ ਜਾਂਦਾ ਬਈ, ਇਹਦੀ ਜਿਹੜੀ ਸਾਊਂਡ ਕੁਆਲਿਟੀ ਹੁੰਦੀ ਹੈ ਜਿਹੜੀ ਪਹਿਲੀ ਓਰੀਜਨਲ ਹਿੰਦੁਸਤਾਨ ਦੀ, ਉਹ ਤਾਂ ਨਹੀਂ ਰਹਿੰਦੀ, ਉਹ ਖਤਮ ਹੋ ਜਾਂਦੀ ਹੈ। ਅੱਛਾ, ਸਾਊਂਡ ਜਿਵੇਂ ਹਿੰਦੁਸਤਾਨ ਦਾ ਫਕਾਰਾ ਹੁੰਦਾ ਜਾਂ ਦੂਰੋਂ ਪਤਾ ਲੱਗਦਾ ਹਿੰਦੁਸਤਾਨ ਹਿੰਦੁਸਤਾਨ ਦਾ, ਹੜ ਹੜ ਉਹਦਾ ਖਤਮ ਹੋ ਜਾਂਦਾ ਬਈ। ਅੱਛਾ, ਪਰ ਠੀਕ 80 ਹੋ ਜਾਂਦਾ ਜ਼ੋਰ, ਪਰ ਜੇ ਇਹਨੂੰ ਵੇਖ ਕੇ ਆਪਾਂ ਕੋਈ ਡੀਜ਼ਲ ਖਰਚਾ ਘਟਦਾ ਜਾ, ਉਹ ਚੀਜ਼ ਨਹੀਂ ਹੁੰਦੀ, ਡੀਜ਼ਲ ਖਰਚਾ ਤਾਂ ਪੂਰਾ ਵੱਧਦਾ ਹੀ, ਅਸੀਂ ਵੱਧਦਾ ਹੀ ਘਟਦਾ ਨਹੀਂ ਹੈਗਾ, ਘਟਦਾ ਨਹੀਂ ਹੈਗਾ। ਹਾਂ, ਤੇ ਇੱਕ ਬਈ ਯਾਰ ਜਿਵੇਂ ਆਮ ਹੀ ਹੁਣ ਬੰਦੇ ਹਰੇਕ ਹੀ ਮਤਲਬ ਕਹਿ ਦਿੰਦਾ, ਜਾਂ ਮੇਰੇ ਵਰਗਾ ਵੀ ਬੰਦਾ ਕਹਿ ਦਿੰਦਾ ਵੀ ਮੈਂ ਟਰਬੋ ਲਾਤੀ ਟਰੈਕਟਰ ਨੂੰ ਤੇ ਜੀ ਇਹ 65 ਹੋ ਗਿਆ ਤੇ ਐਂ ਹੋ ਗਿਆ, ਇਹ ਬਈ ਤੇਰੇ ਹਿਸਾਬ ਨਾਲ ਹੁੰਦਾ ਹੀ ਵੀ ਗੱਲ ਕਿ ਨਹੀਂ ਹੈ? ਆਪਾਂ ਜੈਨੀਅਨ ਟਰਬੋ ਜਿਹੜੀ ਕੰਪਨੀ ਦੀ ਹੁੰਦੀ ਹੈ ਉਹਦਾ ਕੋਈ ਬੜਾ ਅੰਤਰ ਨਹੀਂ ਹੁੰਦਾ, ਉਹਦਾ ਕੋਈ 7-8 ਪਾਸ ਪਾਵਰ ਦੀ ਉਹਦੀ ਵੱਧਦੀ ਹੈ। ਹਾਂ, ਜਿੰਨਾ ਚਿਰ ਉਹਦਾ ਆਪਾਂ ਜਗਾੜਬਾਜ਼ੀ ਨਹੀਂ ਕਰਦੇ, ਉਹਦਾ ਬੂਸਟ ਨਹੀਂ ਵਧਾਉਂਦੇ, ਉਹਨਾਂ ਚਿਰ ਕੋਈ ਖਿਚਾਈ ਨਹੀਂ ਕਰਦਾ, ਜਿੰਨਾ ਚਿਰ ਪੰਪ ਦੀ ਛੇੜਖਾਨੀ ਨਹੀਂ ਹੁੰਦੀ। ਮਤਲਬ ਜਿਵੇਂ ਬੰਦੇ ਬਹੁਤ ਕਹਿ ਦਿੰਦੇ ਜੀ 85 ਕਰਤਾ ਸੀ, 80 ਕਰਤਾ, ਤੁਹਾਡੇ ਹਿਸਾਬ ਚੋਂ ਵੀ ਹੁੰਦੀ ਹੈ 60 ਪਾਵਰ ਨੂੰ ਜੇ ਟਰਬੋ ਲਾ ਕੇ ਆਪਾਂ 90 ਕਹਿ ਦਾਂਗੇ? ਨਹੀਂ ਹੁੰਦਾ ਬਈ, ਨਹੀਂ ਹੁੰਦਾ, ਨਹੀਂ ਹੁੰਦਾ। ਮਤਲਬ ਉਹਦਾ ਜਗਾੜਬਾਜ਼ੀ ਕਰਕੇ ਹੋਰ ਕਈ ਚੀਜ਼ਾਂ ਚੇਂਜ ਕਰਕੇ ਫੇਰ ਹੁੰਦਾ। ਆਹ ਬੜੇ ਬੰਦੇ ਵੀ ਕਮੈਂਟ ਵੀ ਕਰ ਦਿੰਦੇ ਆ, ਲੈ ਤੁਸੀਂ ਕਿਹੜਾ ਮੈਨ ਲਿਆ ਵੀ 80 ਕਰਤਾ ਨਾ, ਮੈਂ ਤਾਂ ਗੱਲ ਕਰਦਾ ਤੁਹਾਡੇ ਨਾਲ। ਇੱਕ ਚੀਜ਼ ਹੋਰ ਹੈ, ਕਿਸੇ ਕੋਲੇ ਮਿਹਨਤੀ ਹੈ ਵੀ ਨਹੀਂ, ਆਪਾਂ 80 ਪਾਵਰ ਕਢਾਈ ਜਾਂਦੇ ਹਾਂ, ਸਾਡੇ ਕੋਲ ਕਿਹੜਾ ਹੈਗੀ ਆ? ਹਾਂ ਵੀ ਇਹ ਕੀ ਮਿਹਨਤੀ ਇਹਦੀ ਵੀ 80 ਆ, ਆਪਾਂ ਜ਼ੋਰ ਮਰਾ ਕੇ ਕਹਿ ਸਕਦੇ ਹਾਂ ਵੀ 80 ਆ, 90 ਆ ਜਾਂ ਕਿੰਨੇ ਵੀ, ਉਹ ਵੀ ਆਪਾਂ ਤਾਂ ਕਹਿ ਸਕਦੇ ਹਾਂ ਜੇ ਬਰਾਬਰ ਮੇਰਾ ਖਿਆਲ 80 ਵਾਲਾ ਟਰੈਕਟਰ ਹੋਵੇ ਹਨਾ, ਵੀ ਉਹਨਾਂ ਜੋ ਰੋਲ ਆਈ ਜਾਂਦਾ ਉਹਨਾਂ ਇਹ ਆਪਾਂ ਕਹਿ ਸਕਦੇ ਹਾਂ। ਉਹ ਵੀ ਤੁਹਾਡੇ ਕੋਲੇ ਵੀ ਐਂ ਨਹੀਂ ਹੁੰਦਾ ਵੀ ਤੁਸੀਂ ਕਹਿ ਦਿੰਦੇ ਵੀ 80 ਆ ਤਾਂ 80 ਆ ਇਹ, ਨਹੀਂ ਬਈ ਨਹੀਂ। ਹਾਂ, ਜ਼ੋਰ ਤੇ ਆਪਣੇ ਕੋਲੇ ਕੋਈ ਮਿਹਨਤੀ ਨਹੀਂ, ਮਿਹਨਤੀ ਤਾਂ ਨਹੀਂ ਹੁੰਦੀ ਨਾ। ਹਾਂ ਵੀ ਬੰਦੇ ਯਾਰ ਬੜੇ ਕਹਿਦੇ ਆ 85 ਕਰਤਾ ਜੀ ਅਸੀਂ, 90 ਕਰਤਾ। ਇੱਕ ਚੀਜ਼ ਹੋ ਜਾਂਦਾ ਜਦੋਂ ਟਰੈਕਟਰ ਸਾਰੀ ਸੈਟਿੰਗ ਸਹੀ ਹੋ ਜਾਏ, ਟਰੈਕਟਰ ਜ਼ੋਰ ਮਾਰਦਾ ਉਦੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਟਰੈਕਟਰ ਦਾ ਇਹ ਹੁੰਦਾ ਵੀ ਜ਼ੋਰ ਵੱਧ ਮਾਰਦਾ ਜੀ, 80 ਮਾਰ ਲੱਗ ਗਿਆ, 15 ਹਾਰਸ ਪਾਵਰ ਵੀ ਵੱਧ ਗਈ। ਠੀਕ ਆ, ਠੀਕ ਆ, ਚਲੋ ਵਧੀਆ। ਤੇ ਆ ਜਾਓ ਆਪਾਂ ਹੋਰ ਦਿਖਾਈਏ ਬਈ ਟਰੈਕਟਰ ਤੁਹਾਨੂੰ। ਤੇ ਆਹ ਬਈ 911 ਫੇਰ ਖੜਾ, ਹਾਂ ਇਹ 911 ਇਹਦਾ ਕੀ ਕੰਮ ਕਰ ਰਿਹਾ? ਇਹਦਾ ਓਵਰਹਾਲ ਹੀ ਕਰਨਾ ਸਾਰਾ, ਅੱਗੋਂ ਲੈ ਕੇ ਪਿੱਛੋਂ ਤਿੱਕਰ, ਫਿਰ ਉਹੀ ਗੱਲ ਆ ਜਾਂਦੀ 80 ਵਾਲੀ। ਅੱਛਾ, ਇਹਨੂੰ 80 ਹਾਰਸ ਪਾਵਰ ਕਰਨਾ? ਨਹੀਂ, ਵਾਕਈ 80 ਹੋਊਗਾ, ਕਹਿਣ ਦੀ ਗੱਲ ਤਾਂ ਕਰਾਂਗੇ, ਕਰਾਂਗੇ। ਹਾਂ, 80 ਦੀ ਫਿਰ ਤਸੱਲੀ ਅਗਲੇ ਨੂੰ ਕਰਾਉਣੀ ਹੈ ਬੰਦੇ ਨੂੰ ਹਨਾ, ਕਰਾਂਗੇ ਆਪਾਂ ਬਾਅਦ ਵੀ ਦਿਖਾਵਾਂਗੇ ਸਾਨੂੰ ਜਿੱਦਣ ਹੋਇਆ ਇਹ। ਹਾਂ, ਸਹੀ ਗੱਲ ਹੈ ਮਿੱਤਰੋ, ਇਹ ਗੱਲ ਨਾ ਜ਼ਰੂਰੀ ਹੈ, ਮੈਨੂੰ ਐਂ ਲੱਗਦਾ ਨਾ, ਮੈਂ ਵੀ ਇਹਨਾਂ ਨਾਲ ਬਾਈ ਨੂੰ ਪੁੱਛਾਂਗੇ ਆਪਾਂ ਵੀ ਯਾਰ ਵਾਕਈ 80 ਹੋ ਜਾਂਦਾ ਕਿ ਕਹਿਣਾ ਇਹਨੂੰ, ਕਰਾਂਗੇ ਜੀ, ਕਰਾਂਗੇ 80 ਹਾਰਸ ਪਾਵਰ ਪੂਰਾ ਹੋਊਗਾ ਇਹ। ਠੀਕ ਹੈ, ਠੀਕ ਹੈ, ਸਹੀ ਗੱਲ ਹੈ ਮਿੱਤਰੋ, ਇਹ ਤੁਹਾਨੂੰ ਦਿਖਾਵਾਂਗੇ ਵੀ, ਕੋਸ਼ਿਸ਼ ਕਰਾਂਗੇ ਜਦੋਂ ਚਲਾਇਆ ਉਹਦਾ ਟੋਟਲੀ A2 ਅੱਗੋਂ ਲੈ ਕੇ ਪਿੱਛੋਂ ਤੱਕ ਕੰਮ ਹੋਣਾ ਇਹਦਾ ਜਿੰਨਾ ਵੀ ਹੁੰਦਾ। ਹਾਂ, ਤੇ ਆਹ ਬਈ ਸੋਨਾਲੀਕਾ, ਇਹਦਾ ਸੋਨਾਲੀਕਾ, ਇਹ ਤਾਂ ਨੀਵਾਂ ਮਾਡਲ ਹੈ ਥੋੜਾ, 2000 ਮਾਡਲ ਹੈ ਇਹ।
ਅੱਛਾ ਇਹਦਾ ਇੰਜਨ ਸੀ ਸਾਦਾ 69 ਕੇ ਨਾਲ ਠੀਕ ਇੰਜਨ ਅਸੀਂ ਇਹਨੂੰ ਸੋਨਾਲੀ ਕਰ ਦੂਜਾ ਲਾ ਰਹੇ ਉੱਚੇ ਮਾਡਲ ਦਾ ਅੱਛਾ ਉੱਚੇ ਮਾਡਲ ਦਾ ਜਿਹੜਾ ਬਾਹਰ ਇੰਜਨ ਪਿਆ ਸੀ ਇਹਦਾ ਲਾਇਆ ਹੈ ਇਸੇ ਦਾ ਹੀ ਆ ਠੀਕ ਹੈ ਤੇ ਇਹਦਾ ਤੇ ਉਹ ਇੰਜਨ ਦਾ ਵੀ ਕੀ ਫਰਕ ਹੋਊਗਾ ਕੋਈ ਉਹ ਇੰਜਨ ਸਾਦਾ 69 ਕੇ ਨਾਲ ਹੈ ਜੀ ਅੱਛਾ ਹਾਂ ਪਾਵਰ ਉਹਦੀ ਵੀ 57-58 ਹੁੰਦੀ ਹੈ ਇਹ ਵੀ 60 ਹੁੰਦਾ ਪਾਵਰ ਦਾ ਕੋਈ ਬੜਾ ਅੰਤਰ ਨਹੀਂ ਇਹਨਾਂ ਦਾ ਠੀਕ ਹੈ ਤੇ ਕੋਈ ਇਹ ਮੰਨ ਲਓ DI 'ਚ ਆਇਆ ਇਹਦੀ ਲੰਮੀ ਸਟ੍ਰੋਕ ਵਾਲਾ ਇੰਜਨ ਹੈ ਇਹ ਠੀਕ ਹੈ ਤੇ ਇਹ ਚੀਜ਼ ਇੱਕ ਉਹਦੇ ਮੰਨ ਲਓ 62 ਦੇ ਹਿਸਾਬ ਨਾਲ ਇਹ ਸਸਤਾ ਪੈਂਦਾ ਸੀ ਕਰਨ ਨਾਲੋਂ ਅੱਛਾ ਵੀ ਇਹਦਾ ਜੇ ਆਪਾਂ ਕਰਦੇ ਆ 1,00,000 ਰੁਪਏ ਨੂੰ ਖਾਂਦਾ ਹਾਂ ਇਹ ਉਹਦਾ 50,000 'ਚ ਸਾਰੀ ਫਿਟਿੰਗ ਫੁਟਿੰਗ ਹੋ ਕੇ ਫਿੱਟ ਹੋ ਜੂਗਾ ਸਾਰਾ ਫਿੱਟ ਨਾਲੇ ਰੀਜਨਲ ਦਾ ਰੀਜਨਲ ਦਾ ਕੰਮ ਰਹਿੰਦਾ ਰੀਜਨਲ ਫਿਟਿੰਗ ਇਹ ਘੱਟ ਪੈਸਿਆਂ 'ਚ ਤਾਂ ਹੀ ਹੁੰਦਾ ਫਿਰ ਤੇ ਇਹਦਾ ਕੋਈ ਉਹਦੇ ਨਾਲ ਡੀਜ਼ਲ ਖਰਚੇ ਦਾ ਫਰਕ ਪਾਉਂਦਾ ਹੋਊਗਾ ਡੀਜ਼ਲ ਖਰਚਾ ਫਰਕ ਪਊਗਾ DI ਹੋ ਕੇ ਥੋੜਾ ਤਾਂ ਫਰਕ DI ਕਰਕੇ ਬਾਕੀ ਧੂੰਆਂ ਤਾਂ ਨਹੀਂ ਮਾਰਦੇ ਉਹ ਧੂੰਆਂ ਜ਼ਿਆਦਾ ਮਾਰਦਾ ਜੀ ਸਾਦਾ ਸੀ ਡਾਊਨ ਸੀ ਇੰਜਨ ਖਤਮ ਜਮਾ ਹੋ ਖਤਮ ਸੀ ਉਹਨੂੰ ਕਰਨ ਖਾਤਰ ਫਿਰ ਕਾਫੀ ਪੈਸੇ ਲੱਗਦੇ ਸੀ ਇੰਨੀ ਉਹ ਥੋੜੇ ਬੰਦੇ 4-5 ਕਿੱਲਿਆਂ ਦੀ ਵਾਹੀ ਹੈ ਇਹਨਾਂ ਕੋਲੇ ਹਾਂ ਛੋਟਾ ਜ਼ਿਮੀਂਦਾਰ ਨੂੰ ਸਰ ਉਹ ਫਿਰ ਉਹ ਮੈਂ ਕਿਹਾ ਚੱਲ ਇੰਜਨ ਹੀ ਤੇਰਾ ਲਾ ਦਿੰਦੇ ਹੋਰ ਆਪਾਂ ਚਲੋ ਵਧੀਆ ਵਧੀਆ ਤੇ ਹੁਣ ਆਪਾਂ ਉਹ ਦਿਖਾਈਏ ਆਪਣੇ ਕੋਲੇ ਆ ਰਿਹਾ ਹੋਲੈਂਡ ਦਾ ਇੰਜਨ 7500 ਦਾ ਅੱਛਾ ਹਾਂ 5530 ਦਾ ਉਹ ਕਿਹੜੇ ਦੇ ਲਾਉਣਾ ਇੰਜਨ ਆਪਾਂ ਖਰੀਦ ਲਿਆ ਉਹ ਤੇ ਖਰੀਦ ਕੇ ਗਾਂ ਸੇਲ ਵੀ ਕਰਤਾ ਜਲੰਧਰ ਦੇ ਬੰਦੇ ਲੈ ਗਏ ਵਪਾਰ ਕਰ ਲੱਗ ਗਿਆ ਨਹੀਂ ਵਪਾਰ ਨਹੀਂ ਫੋਨ ਆਇਆ ਸੀ ਬਾਈ ਦਾ ਫਾਇਦਾ ਕਰ ਲੱਗ ਗਿਆ ਬਾਈ ਦਾ ਫੋਨ ਆਇਆ ਸੀ ਕਹਿੰਦਾ ਕੋਈ ਇੰਜਨ ਹੈਗਾ ਤਾਂ ਦੇ ਦਿਓ ਤੇ ਆਪਾਂ ਇੰਜਨ ਖਰੀਦਿਆ ਹੋਇਆ ਸੀ ਆਪਣਾ ਉਹ ਅੱਛਾ ਉਹ ਮੈਂ ਚੱਲ ਅਸੀਂ ਇੱਕ ਟਰੈਕਟਰ ਦੇ ਲਾਉਣਾ ਸੀ ਉਹ ਲਾਉਣਾ 2 ਮਹੀਨੇ ਬਾਅਦ ਅੱਛਾ ਉਹ ਸਾਡੇ ਕੋਲ ਹਜੇ ਮੰਨ ਲਓ ਟਾਈਮ ਵੀ ਹੈ ਨਹੀਂ ਸੀਗਾ ਉਹ ਮੈਂ ਕਿਹਾ ਚਲੋ ਉਹਦੇ ਨੂੰ ਕੋਈ ਹੋਰ ਖਰੀਦ ਲਾਂਗੇ ਅੱਛਾ ਉਹ ਜਲੰਧਰ ਦੇ ਬੰਦੇ ਸੀ ਉਹਨਾਂ ਨੂੰ ਦੇਤਾ ਆਪਾਂ ਠੀਕ ਹੈ ਹਾਂ ਕਿਤਰਾ ਕਿੰਨੇ ਦਾ ਆਇਆ ਹੋਊਗਾ ਕੋਈ ਆਈਡੀਆ ਉਹ 1,30,000 ਦੇ ਜਿਵੇਂ ਜੇ ਹੁਣ ਆਪਣੇ ਦੇ ਲਾਈਏ ਉਹ 36-30 ਦੇ ਕਿੰਨਾ ਖਰਚਾ ਆ ਸਕਦਾ 5,00,000 ਤੋਂ ਘੱਟ ਤਾਂ ਮਿਲਦਾ ਹੀ ਨਹੀਂ ਵੱਡੀਆਂ ਗੱਲਾਂ ਨਹੀਂ ਅਸੀਂ ਤਾਂ ਉਹਨੇ ਡਰ ਬਡਰ ਬੁਲਾ ਲਾਂਗੇ ਲੈ ਵੀ ਹੁਣ ਇਹਦੇ ਬਾਰੇ ਦੇ ਜਿਹੜਾ ਵੀ ਲੋਕਾਂ ਨੂੰ ਤੁਰੇ ਜਾਂਦੇ ਨੇ ਰੋਕ ਲੈਂਦਾ ਵੀ ਟਰੈਕਟਰ ਤੇ ਰਹੇ ਇਹਦੇ ਬਾਰੇ ਤਾਂ ਪਹਿਲਾਂ ਕਲੀਅਰ ਦੱਸਿਆ ਹੀ ਤੁਹਾਨੂੰ ਹਾਂ ਪਰ ਹੁਣ ਆਪਾਂ ਦੇਖ ਕੇ ਤਾਂ ਵੀ ਬੰਪਰ ਬੁੰਪਰ ਲੱਗ ਗਿਆ ਹਨਾ ਪਲੇਟਫਾਰਮ ਲੱਗ ਗਿਆ ਨੇੜੇ ਆ ਕੇ ਦਿਖਾ ਵੀ ਟੈਂਕੀਆਂ ਟੋਂਕੀਆਂ ਲੱਗ ਗਈਆਂ ਆਹ ਟੈਂਕੀ ਕਾਹਦੀ ਆ ਗਈ ਵੀ ਇਹਦੇ ਡਿਸਟ੍ਰੀਬਿਊਟਰ ਲਾਇਆ ਪਿੱਛੇ ਅੱਛਾ ਇਹ ਡਿਸਟ੍ਰੀਬਿਊਟਰ ਦਾ ਜਾਨੀ ਇਹ ਪਿਛਲੇ ਹਿੱਸੇ ਨਾਲ ਤੇਲ ਇਹਦਾ ਅੱਡੀ ਕਰਤਾ ਅੱਡ ਕਰਤਾ ਕੋਈ ਮਰਜ਼ੀ ਟਰਾਲੀ ਟਰੋਲੀ ਚ ਕਾਈ ਜਾਵੇ ਟੈਂਸ਼ਨ ਹੀ ਮੁੱਕੇ ਤੇ ਇਹਦੀਆਂ ਬ੍ਰੇਕਾਂ ਦਾ ਤੇਲ ਝੋਂਗਾ ਜੀ ਬ੍ਰੇਕਾਂ ਤੇਲ ਬ੍ਰੇਕਾਂ ਤੇਲ ਝੋਂਗਾ ਆਹ 에ਅਰ ਕਲੀਨਰ ਦੀ ਫਿਟਿੰਗ ਆ ਗਈ ਆ ਵੀ ਚਲ ਵਧੀਆ ਜਚਾਤਾ ਹੈ ਨਾ ਉਹਦੇ ਤਾਂ ਆਪਾਂ ਨੂੰ ਲੱਗਦਾ ਹੀ ਪਤਾ ਨਹੀਂ ਕਿਵੇਂ ਜਾਜੂਗਾ ਇਹ ਉਹ ਫਿਰ ਹੌਲੀ ਹੌਲੀ ਜਾਜਦਾ ਰਹਿੰਦਾ ਹਾਂ ਵੱਡਾ ਵਾਲਾ ਤੇ ਉਸ ਤੋਂ ਬਾਅਦ ਆ ਇਹਦੇ ਨਾਲ ਐ ਮਲਾਤਾ ਇਹਨੂੰ ਠੀਕ ਆ ਤੇ ਬਾਕੀ ਰੇਸ ਬੜੀ ਸੋਹਣੀ ਲਾਈ ਬਈ ਹਨਾ ਇੱਕ ਤੁਸੀਂ ਰੇਸ ਵੇਖੋ ਹਾਂ ਰੇਸ ਮੜੀ ਮਾਰ ਕੇ ਦਿਖਾ ਯਾਰ ਤੇ ਬਾਕੀ ਮਿੱਤਰੋ ਹਜੇ ਰੰਗ ਰੁੰਗ ਜਦੋਂ ਹੋ ਗਿਆ ਰੇਸ ਲਾਤੀ ਇੱਥੇ ਵੀ ਆ ਫੇਰ ਦਿਖਾਵਾਂਗੇ ਕਿਆ ਬਾਤ ਆ ਬਿਲਕੁਲ ਨਾਰਮਲ ਇਹ ਆਪ ਬਣਾਈ ਬਈ ਇਹ ਆਪ ਹੀ ਬਣਾਈ ਹੈ ਬਈ ਸਾਰੀ ਠੀਕ ਆ ਤੇ ਇਧਰ ਪਰ ਆਹ ਟੈਂਕੀ ਦਾ ਵੀ ਆ ਜੀ ਇਹਦੀ ਹਾਰਨ ਵਾਲੀ ਟੈਂਕੀ ਆ ਅੱਛਾ ਤੇ ਇਹਨੂੰ ਤਾਂ ਕੰਪਰੈਸਰ ਵੀ ਵਿੱਚ ਹੀ ਆਇਆ ਕੰਪਰੈਸਰ ਉਹ ਲੱਗਿਆ ਹੋਇਆ ਜੀ ਇੱਕ ਪਾਈਪ ਰਹਿੰਦੀ ਲਾਉਣ ਵਾਲੀ ਲਾ ਦਿੰਨੇ ਆ ਬਸ ਜੀ ਬਾਕੀ ਸਾਰੀ ਕੰਪਲੀਟ ਆ ਇਹ ਠੀਕ ਆ ਠੀਕ ਆ ਤੇ ਬਈ ਟਰਬੋ ਦੀ ਫਿਟਿੰਗ ਆ ਟਰਬੋ ਦੀ ਫਿਟਿੰਗ ਆ ਤਾਂ ਜੈਨੀ ਨਹੀਂ ਆ ਭਲਾਈ ਆ ਸਾਰੀ ਇਹਦੀ ਠੀਕ ਆ ਇਹ ਬਈ ਇੰਨੇ ਭਾਤੀ ਜੀ ਕਿਵੇਂ ਆ ਇਹਦੇ ਬਾਰੇ ਦੱਸ ਮੜਾ ਜੀ ਭਾਤੀ ਇਹਦੀ ਆ ਤਾਂ ਰੀਜਨਲ ਹੀ ਆ ਟਾਟਾ ਦੀਆਂ ਪਾਈਪਾਂ ਜੀ ਇਹਦੀਆਂ ਆਪਦੀਆਂ ਮਿਲ ਗਈਆਂ ਸੀਗੀਆਂ ਅੱਛਾ ਆ ਫਿਰ ਇਹਦੇ ਕਿਸੇ ਹਿਸਾਬ ਨਾਲ ਏਅਰ ਕੰਡਰ ਤਾਂ ਮੰਨ ਲਓ ਗੱਡੀਆਂ ਗੁੱਡੀਆਂ ਦੇ ਪਾਸੇ ਹੁੰਦਾ ਆਹ ਫਿਰ ਬਣਾਈ ਆ ਪਾਈਪ ਆਹ ਮੋੜ ਮਾੜ ਫਿਰ ਇਹਦੇ ਸਟੀਲ ਦੇ ਬਣਾ ਤੇ ਇੰਨੇ ਕਿ 2-3 ਨਹੀਂ ਫਿਰ ਆਹ ਸਾਰੇ ਸਟੀਲ ਦੇ ਕਰਦੇ ਕਿ ਸਾਰੇ ਸਟੀਲ ਦੇ ਬਈ ਆ ਜੈਨੀਨ ਪਈਆਂ ਸੀ ਪਾਈਪਾਂ ਇਹ ਯਾ ਵੀ ਇਹਦੀ ਸਟੀਲ ਨਹੀਂ ਰੀਸ ਕਰਦੀ ਇੱਕ ਸਾਲ ਆਏਗੀ ਪਰ ਇਹ ਮੋਟੀਆਂ ਪੈਪਾਂ ਹੈਵੀ ਆ ਹਾਂ ਇਹ ਹੈਵੀ ਆ ਅੱਛਾ ਹਾਂ ਇਹ ਜਰੀਨ ਵਾਲੀ ਪੈਪਾਂ ਨੇ ਤਾਂ ਕਰਕੇ ਫਿਰ ਉਹੀ ਲਾ ਦਿੰਦਾ ਤੇ ਇੰਜਨ ਇਹਦਾ ਵੀ ਰੀਨ ਵਾਲੀ ਰੱਖਿਆ ਸੀ ਇਹਨਾਂ ਕੋਈ ਕੰਮ ਕੁਮ ਨਹੀਂ ਕਰਿਆ ਹਾਂ ਇਹਦਾ ਕੰਮ ਉਹ ਵੈਸੇ ਆਪਾਂ ਓਵਰਹਾਲ ਨਹੀਂ ਕਰਿਆ ਇਹਦੇ ਜੋ ਇਹਦੇ ਗੈਸਕਟ ਵਗੈਰਾ ਸਾਰੇ ਪਾਏ ਸੀ ਅੱਛਾ ਉਹ ਪਾਏ ਠੀਕ ਆ ਸਰਵਿਸ ਵੀ ਸਾਰੀ ਹੋਈ ਹੈ ਟੋਟਲ ਬਾਕੀ ਮਿੱਤਰੋ ਦੱਸ ਦਈਏ ਪੈਰ ਪੂਰ ਸਾਰੇ ਇਸੇ ਵਰਕਸ਼ਾਪ ਤੇ ਤਿਆਰ ਹੋਏ ਆ ਜੀ ਮਾਨ ਟਰੈਕਟਰ ਵਰਕਸ਼ਾਪ ਕੋਟ ਭਾਈ ਤੋਂ ਬੰਪਰ ਜੇ ਦੂਰਾ ਪਿਆ ਥੋੜੀ ਸ਼ੋ ਦੀ ਫਿਟਿੰਗ ਰਹਿੰਦੀ ਆ ਸ਼ੋਰ ਦੇ ਪਲੇਟਾਂ ਤੇ ਇੰਟਰ ਕੂਲਰ ਵਗੈਰਾ ਲਾਤਾ ਸਾਰਾ ਸਿਸਟਮ ਤੇ ਦੋ ਬੈਟਰੀਆਂ ਤੇ ਉੱਠਿਆ ਕਰੂਗਾ ਇਹ 24 ਵੋਲਟ ਹੁੰਦਾ ਨਾ ਸੈਲਫ ਇਹਦਾ ਫਿਰ ਠੀਕ ਹੈ ਇਹ 24 ਵੋਲਟ ਕਰਕੇ ਦੋਵਾਂ ਤੇ ਜੇ 12 ਵੋਲਟ ਹੁੰਦਾ ਫਿਰ 12 ਦੇ ਹੋ ਜਾਂਦਾ ਠੀਕ ਹੈ ਫਿਰ ਕੋਈ ਏਡੀ ਗੱਲ ਨਹੀਂ
ਤੇ ਇਹ ਹੁੰਦਾ 160 ਪਾਵਰ ਦੇ ਵਿੱਚ ਬਾਈ 160 ਜੀ ਹਾਂ ਆ ਇਹਦੇ ਡਿਸਟ੍ਰੀਬਿਊਟਰ ਦੀ ਫਿਟਿੰਗ ਆ ਸਾਰੀ ਦੀ ਠੀਕ ਹੈ ਜੀ ਆ ਇਹਦੇ ਹੈਂਡ ਬ੍ਰੇਕ ਲਾਤੇ ਇੱਥੇ ਆਪਾਂ ਇੱਕ ਹੈਂਡ ਬ੍ਰੇਕ ਰੇਸ ਵੀ ਬਈ ਟਰੱਕ ਨੂੰ ਆ ਗਈ ਸਮਝ ਲਾ ਹਨਾ ਸਾਰਾ ਕੁਝ ਸਿੱਖ ਤੇ ਇੱਕ ਹੋਰ ਗੱਲ ਜਦੋਂ ਬਈ ਸਟਾਰਟ ਕਰਦੇ ਆ ਫੀਲਿੰਗ ਜਮਾ ਟਰੱਕ ਆ ਹੀ ਆਉਂਦੀ ਹੈ ਹੈ ਕਰਦਾ ਇੰਜਨ ਹੀ ਟਰੱਕ ਵਾ ਜਦੋਂ ਇੰਜਨ ਟਰੱਕ ਦਾ ਤੇ ਟਰੱਕ ਨੂੰ ਹੀ ਕਰਦਾ ਆ ਉਹ ਤਾਂ ਫਿਰ ਬਾਕੀ ਬਈ ਐ ਨਾ ਪੱਕੇ ਕੰਮ ਕਰੇ ਹੋਏ ਆ ਬਾਈ ਹੋਰਾਂ ਨੇ ਦੇਖੋ ਕਿੱਡੀਆਂ ਕਿੱਡੀਆਂ ਮੋਟੀਆਂ ਪਲੇਟਾਂ ਦੇ ਨਾਲ ਸਾਰਾ ਮੜਿਆ ਟਰੈਕਟਰ ਨੂੰ ਐਂ ਨਹੀਂ ਵੀ ਕਿਸੇ ਪਾਸੇ ਹਿੱਲ ਜੂਗਾ ਇਹ ਅਤੇ ਇੰਜਨ ਦੀ ਫਿਟਿੰਗ ਫੁਟਿੰਗ ਵੀ ਤੁਹਾਨੂੰ ਦਿਖਾ ਦਈਏ ਵੀ ਚੱਕ ਚੱਕ ਮਾਰੀ ਜਾਓ ਭਾਵੇਂ ਕਹਿੰਦੇ ਅੱਗੋਂ ਅਤੇ ਪਰ ਐਂ ਨਹੀਂ ਹਿੱਲ ਜੂਗਾ ਦੇਖ ਨਹੀਂ ਹਿੱਲਣ ਵਾਲਾ ਕੋਈ ਕੰਮ ਨਹੀਂ ਸਪੋਰਟਾਂ ਸਪਾਟਾਂ ਦੇਖੋ ਮਿੱਤਰੋ ਪੂਰਾ ਓਕੇ ਆ ਗੱਲਬਾਤ ਜਮਾਂ ਅਤੇ ਭੱਜਦਾ ਭੁੱਜਦਾ ਵੀ ਬਹੁਤ ਆ ਬਈ ਹੈ ਨਾ 60 ਦੀ ਸਪੀਡ ਆ ਬਈ ਇਹਦੀ ਠੀਕ ਹੈ ਜੀ ਤੇ ਹੁਣ ਬਾਕੀ ਪਿੱਛੋਂ ਜੈਨੀਅਨ ਨਹੀਂ ਆਪਾਂ ਕੋਈ ਸਪੀਡ ਚੱਕਰ ਵਧਾਏ ਘਟਾਏ ਠੀਕ ਹੈ ਬਈ ਜੋ ਇਹਦੇ ਰੀਜਨਲ ਮਗਰਲਾ ਗੇਅਰ ਆਉਂਦਾ ਸੀ ਉਹੀ ਆ ਉਹਦਾ ਉਸੇ ਦਾ ਕੰਮ ਕਰਕੇ ਉਵੇਂ ਹੀ ਲਾਇਆ ਕੋਈ ਚੱਕਰਾਂ ਨਾਲ ਛੇੜ ਛਾੜ ਨਹੀਂ ਹੋਈ ਤੇ 18 ਦੇ ਟਾਇਰ ਉਸੇ ਸਪੀਡਾਂ ਤੇ ਹੀ ਪਾ ਦੇ ਹਾਂ ਤੇ ਬਾਕੀ ਬਈ ਹੁਣ ਇਹ ਤੇ ਹਜੇ ਕਿੰਨਾ ਘਟਾਇਆ ਲੱਗ ਸਕਦਾ ਬਸ ਸਾਡੇ ਇੱਕ ਨੂੰ ਕੰਪਲੀਟ ਆ ਇਹ ਪੇਂਟ ਤੇ ਘੱਲਣਾ ਬਸ ਹੁਣ ਇਹ ਠੀਕ ਹੈ ਹੁਣ ਇਹ ਵਾਲਾ ਮਹੀਨਾ ਲਾਵੇ ਡੂਢ ਮਹੀਨਾ ਲਾਵੇ ਉਹਦੀ ਮਰਜ਼ੀ ਆ ਠੀਕ ਹੈ ਤਾਂ ਮਿੱਤਰ ਇੱਕ ਤੁਹਾਨੂੰ ਗੱਲ ਹੋਰ ਦੱਸਦੀ ਹੈ ਵੀ ਬਾਈ ਕੋਲੇ ਨਾ ਹਿੰਦੁਸਤਾਨ ਦੀ ਸ਼ੋ ਵਗੈਰਾ ਮਗਰਾੜ ਤੇ ਬੜਾ ਸਮਾਨਾ ਪਿਆ ਜੇ ਕਿਸੇ ਨੂੰ ਚਾਹੀਦਾ ਹੋਵੇ ਹਿੰਦੁਸਤਾਨ ਦਾ ਇੰਜਨ ਪਿਆ ਵਾ ਬਿਲਕੁਲ ਓਵਰਆਲ ਹੋਇਆ ਵਾ ਵਧੀਆ ਇਹਦਾ ਅੱਛਾ ਵਧੀਆ ਇੰਜਨ ਆ ਪੂਰਾ ਵਧੀਆ ਦਾਣੇ ਦੇ ਕਿਆ ਬਾਤ ਰਿਮ ਤਾਂ ਮਗਰਲੇ ਵੈਸੇ ਬਾਹਲੇ ਚੰਗੇ ਨਹੀਂ ਗੇ ਹੈਗੇ ਰਿਮ ਟੈਂਕੀ ਪਈ ਸਾਫ਼ ਸੁਥਰੀ ਹੈ ਜਮਾਂ ਠੀਕ ਹੈ ਸ਼ੋ ਇਹਦੀ ਵਧੀਆ ਪਈ ਆ ਕਿਆ ਬਾਤ ਹੈ ਮਗਰਾੜ ਪੂਰੇ ਸਾਫ਼ ਪਏ ਨੇ ਇਹਦੇ ਉਹ ਮਗਰਾੜ ਨੇ ਇਹ ਨਹੀਂ ਹੈਗੇ ਅੱਛਾ ਅੱਛਾ ਠੀਕ ਹੈ ਆ ਤਾਂ ਬਈ ਪੂਰੇ ਥੱਲੋਂ ਜਿਹੜੇ ਸਾਫ਼ ਮਗਰਾੜ ਪੂਰੇ ਵਧੀਆ ਗਲੇ ਹੈ ਜੇ ਥੱਲੋਂ ਨਹੀਂ ਗਲੇ ਤਾਂ ਤਾਂ ਕੀ ਗਲੇ ਹੋਣੇ ਹਾਂ ਹਾਂ ਪੂਰੇ ਸਾਫ਼ ਹੈ ਤਾਂ ਸਟੀਅਰਿੰਗ ਸਟੂਰਿੰਗ ਪਿਆ ਵੀ ਸਟੀਅਰਿੰਗ ਵੀ ਕੰਮ ਕਰਦਾ ਤਾਂ ਚੱਲ ਅੱਜ ਕੱਲ ਨਹੀਂ ਲਾਉਂਦਾ ਕੋਈ ਪਾਵਰ ਤੇ ਹੁੰਦਾ ਮੁੜਦਾ ਨਹੀਂ ਕਿਸੇ ਤੋਂ ਬਿਨਾ ਪਾਵਰ ਆ ਸਹੀ ਗੱਲ ਹੈ ਰੈਡੀਟਰ ਵਗੈਰਾ ਪਿਆ ਇਹਦਾ ਠੀਕ ਹੈ ਵਰਕ ਹੀ ਜਮਾ ਰੈਡੀਟਰ ਦਾ ਠੀਕ ਹੈ ਹੋਰ ਵੀ ਨਿੱਕਾ ਮੋਟਾ ਕੋਈ ਵੀ ਸਮਾਨ ਹਿੰਦੁਸਤਾਨ ਦਾ ਚਾਹੀਦਾ ਤਾਂ ਉਹਨਾਂ ਨੇ ਮੰਨ ਲਓ ਦੇ ਦੇਣਗੇ ਆਪਾਂ ਨੂੰ ਸਾਰਾ ਉਹ ਠੀਕ ਹੈ ਠੀਕ ਹੈ ਮਤਲਬ ਇੰਜਨ ਦੀ ਕਿਸੇ ਨੂੰ ਲੋਡ ਆ ਜਾਂ ਕੋਈ ਚੀਜ਼ ਹੈਗੀ ਦੇ ਜੇ ਕਈ ਵੀਰਾਂ ਨੂੰ ਹੁੰਦਾ ਵੀ ਰੀਨਲ ਹੀ ਰੱਖਣਾ ਤਾਂ ਰੀਨਲ ਚੀਜ਼ਾਂ ਕੰਮ ਦੀਆਂ ਹੋਣਗੀਆਂ ਬਈ ਇਹਨੂੰ ਵੀ ਚਾਹੀਦਾ ਵਧੀਆ ਸਾਫ਼ ਸੁਥਰਾ ਇੰਜਨ ਆ ਕੋਈ ਇਹੋ ਜੀ ਗੱਲ ਨਹੀਂ ਪੂਰਾ ਵਧੀਆ ਕੰਮ ਕੁੰਮ ਹੋਇਆ ਵਾ ਠੀਕ ਆ ਠੀਕ ਆ ਉਹ ਇੰਜਨ ਤਾਂ ਫਿਰ ਦਾਣੇ ਦੇ ਆ ਵੀ ਅਸੀਂ ਸਿੱਧਾ ਜੜ ਦਿਓ ਜਾ ਕੇ ਤੇ ਵਾਹੀ ਕਰੂਗਾ ਤੁਹਾਡੀ ਇੰਜਨ ਤੇ